ਦੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਫੇਰ ਆਪਾਂ ਪਹੁੰਚ ਗਏ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਪੈਂਦਾ ਇਹਨੂੰ ਲੌਂਗੋਵਾਲ ਦੇ ਕੋਲ ਪੈਂਦਾ ਜਿਵੇਂ ਪਹਿਲਾਂ ਵੀ ਇਹ ਘਰ ਚੋਂ ਚੰਗੀਆਂ ਵੀਡੀਓ ਕਰੀਆਂ ਨੇ ਆਪਾਂ ਨੇ ਤਿੰਨ ਚਾਰ ਵੀਡੀਓ ਕਰੀਆਂ ਨੇ ਇਹ ਘਰ ਚੋਂ ਟੌਪ ਦਾ ਮਾਲੇ ਹੁੰਦਾ ਬਾਈ ਕੋਲੇ ਅੱਜ ਵੀ ਬਕਾਇਦਾ 15 16 ਝੋਟੀਆਂ ਨੇ ਤੇ 15 16 ਝੋਟੀਆਂ ਆਪਾਂ ਪਹਿਲਾਂ ਹੀ ਵੀਡੀਓ 'ਚ ਕਹਿਣਾ ਰਹਿਣਾ ਵੀ ਉਹ ਨਹੀਂ ਜਿਹੜੀਆਂ ਨਾਰਮਲ ਰੇਂਜ 'ਚ ਹੁਣ ਪੂਰੀ ਅਸਲ ਕੁਆਲਿਟੀ ਦੀਆਂ ਝੋਟੀਆਂ ਨੇ ਤੇ ਬਕਾਇਦਾ ਤੁਹਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਵੀ ਲਵਾਂਗੇ ਤੇ ਰੇਟ ਰੂਟ ਬਕਾਇਦਾ ਆਪਾਂ ਵੀਡੀਓ 'ਚ ਪੁੱਛ ਕੇ ਵੀ ਦੇਵਾਂਗੇ ਤਾਂ ਅੱਜ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਵੀ ਕਿਹੋ ਜਿਹੇ ਮੋਹਰਾ ਦੇ ਨਗੀਨੇ ਲੱਭ ਕੇ ਲਿਆਇਆ ਅੱਜ ਪ੍ਰਦੀਪ ਤੇ ਇੱਕ ਲਾਈਕ ਤੇ ਕਮੈਂਟ ਬਾਈ ਜ਼ਰੂਰ ਕਰ ਦਿਆ ਕਰੋ ਕਮੈਂਟ ਪੜ੍ਹਨ ਦਾ ਤੁਹਾਡਾ ਸਾਨੂੰ ਵੱਖਰਾ ਨਜ਼ਾਰਾ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਤੇ ਲਾਈਕ ਕਰ ਦਿਆ ਕਰੋ ਜੇ ਕੋਈ ਗੱਲ ਨਹੀਂ ਚੰਗੀ ਨਹੀਂ ਲੱਗਦੀ ਵੀਡੀਓ ਤਾਂ ਡਿਸਲਾਈਕ ਕਰ ਦਿਆ ਕਰੋ ਕਰ ਜ਼ਰੂਰ ਦਿਆ ਕਰੋ ਕੁਛ ਤੇ ਐਂਡ ਤੱਕ ਜ਼ਰੂਰ ਦੇਖਿਓ ਆ ਜਾਓ ਮਿਲਾਉਂਦੇ ਹਾਂ ਪ੍ਰਦੀਪ ਬਾਈ ਨਾਲ ਲਾਜੋ ਸੱਜਣੋ ਹੁਣ ਪ੍ਰਦੀਪ ਨਾਲ ਮਿਲਾਉਂਦੇ ਆ ਤੇ ਲਾਸਟ ਤੱਕ ਬਣੇ ਰਹੋ ਦੇਖਦੇ ਹਾਂ ਅੱਜ ਕੀ ਰੇਟ ਕਰਦਾ ਪ੍ਰਦੀਪ ਤੇ ਕਿਹੋ ਜਿਹਾ ਦੁੱਧ ਦੇ ਰਿਕਾਰਡ ਦੱਸਦਾ ਹੋਰ ਪ੍ਰਦੀਪ ਫਿਰ ਕਿੰਨੀਆਂ ਝੋਟੀਆਂ ਦਿਖਾਵਾਂਗੇ ਅੱਜ ਆਪਾਂ ਦਿਖਾ ਦਾਂਗੇ ਬਾਈ 14 ਨੂੰ ਦਿਖਾ ਦਾਂਗੇ 14 ਝੋਟੀਆਂ ਨੇ ਅੱਜ ਆਪਣੇ ਕੋਲੇ ਦੋ ਮਨ ਕਦਰ ਸੂਈਆਂ ਬਾਹਰ ਬੰਨੀਆਂ ਪਈਆਂ ਉਹ ਨਹੀਂ ਦਿਖਾਉਂਦੇ ਉਹ ਕੱਟੀ ਕੁੱਟੀ ਵੀ ਲੈ ਕੇ ਆਏ ਕੋਈ ਲੈਂਦੀ ਹੈ ਕੱਟੀ ਅਜੇ ਇੱਕ ਕੱਟੀ ਹੈ ਬਹੁਤ ਸੋਹਣਾ ਖੀਰਾ ਕੱਟਾ ਬਾਈ ਟੌਪ ਦਾ ਜਮਾ ਅੱਛਾ ਇੱਕ ਖੀਰਾ ਕੱਟਾ ਤੇ ਕਿੰਨੇ ਦੁੱਧ ਤੇ ਕਿੰਨੇ ਤੱਕ ਨੇ ਆਪਣੇ ਲਵੇ ਅੱਜ ਦੁੱਧ ਬਾਈ ਆਪਣੇ ਕੋਲੇ ਪਹਿਲਣਾ ਝੋਟੀਆਂ ਵੀ ਨੇ ਉੱਚੀ ਬੋਲ ਪਹਿਲਣਾ ਝੋਟੀਆਂ ਵੀ ਨੇ ਹਾਂ ਤੇ ਮੰਨੇ ਵੀ ਦੂਸਰੇ ਸੂਏ ਵੀ ਨੇ ਚੰਗੇ ਚੰਗੇ ਜਾਨਵਰ ਆ ਸਾਰੇ ਟੌਪ ਦੇ ਅੱਛਾ ਹਾਂ ਵਿੱਚ ਮੰਨ ਕੇ ਰੇਟ ਠੀਕ ਰੇਟ ਵਾਲੀਆਂ ਵੀ ਹੈਗੀਆਂ ਨੇ ਬਾਕੀ ਬਾਈ ਜਿੱਦਾਂ ਦਾ ਜਾਨਵਰ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਨੇ ਅੱਜ ਲੱਖ ਤੋਂ ਸਟਾਰਟਿੰਗ ਹੈ ਬਾਈ ਲੱਖ ਤੋਂ 2 ਲੱਖ ਤੱਕ ਹਾਂ 2 ਤੱਕ ਲੱਖ ਤੋਂ 2 ਲੱਖ ਤੱਕ ਝੋਟੀਆਂ ਨੇ ਲੈ ਬਣੇ ਰਹੋ ਲਾਸਟ ਤੱਕ ਲੈ ਕਰੀਏ ਸ਼ੁਰੂ ਬਾਈ ਹਾਂ ਕਰ ਲੈ ਆ ਜਾ ਪਹਿਲੇ ਨੰਬਰ ਤੋਂ ਦਿਖਾਉਣੇ ਆ ਲੈ ਤੋਰ ਗੱਗੀ ਬੁੱਗਰੇ ਨੂੰ ਤੋਰ ਤੇ ਪਹਿਲੀ ਬੁੱਗਰ ਸਰਚ ਜੀ ਵੀ ਆਉਂਦਾ ਗੱਗੀ ਬੁੱਗਰ ਹੈ ਨਾ ਆਉਂਦੇ ਹਾਂ ਇਹ ਚੌਗੀ ਹੈ ਬਾਈ ਪਹਿਲਾਂ ਨਾ ਅਜਾ ਪਹਿਲਾਂ ਨਾ ਚੌਗੀ ਹਾਂ ਕੱਲ ਸੂਈ ਆ ਦਿਖਾ ਕਰਾਂ ਗੁਰੀ ਨੇੜੇ ਲਾ ਕੇ ਦਿਖਾ ਬਾਈ ਕੈਮਰਾ ਖੱਲੀ ਹੈ ਮੋੜ ਲਿਆ ਬਾਈ ਮੋੜ ਲਿਆ चबाई चबुई ओके ਕੋਈ ਵੀ ਆਪਣੇ ਕੋਲੇ ਸਖਤ ਚਵਾਈ ਦੀ ਨਹੀਂ ਹੈਗੀ ਸਾਰੀਆਂ ਰੂਮ ਵਰਗੀ ਚਵਾਈ ਬੋਲੀ ਹੈ ਅੱਛਾ ਲੈ ਇੱਕ ਤਾਂ ਮਾੜਾ ਉੱਚੀ ਬੋਲੀ ਚਲੀ ਇੱਕ ਰੇਟ ਸਹੀ ਸਹੀ ਕਰੀ ਜਾਈ ਵੀ ਕਿੰਨੇ ਕਿੰਨੇ ਦੀ ਆਪਾਂ ਪੈਸੇ ਲੈਣ ਵਾਲਾ ਕੰਮ ਰੇਟ ਤਾਂ ਬਾਈ ਐ ਯਾਰ ਹਨਾ ਪਹਿਲਾਂ ਹੁਣ ਬਹੁਤ ਬਾਈਆਂ ਦਾ ਆਪਣੇ ਕੋਲੇ ਫੋਨ ਆਉਂਦੇ ਨੇ ਮੰਨ ਲਾ ਵਿੱਚ ਬਾਈ ਜਿਹਨਾਂ ਨੇ ਨਹੀਂ ਵੀ ਮੱਝਾਂ ਲੈਣੀ ਉਹਨਾਂ ਦੇ ਆਉਂਦੇ ਵੀ ਯਾਰ ਬਹੁਤ ਵਧੀਆ ਜਾਨਵਰ ਨੇ ਠੀਕ ਆ ਬਾਕੀਆਂ ਬਾਈ ਜਾਨਵਰ ਦੇ ਹਿਸਾਬ ਦੀ ਪੈਸੇ ਲੱਗਣੇ ਹਨਾ ਲੱਖ ਸਵਾ ਲੱਖ ਦੀ ਮੈਂ ਆਪਾਂ ਹੁਣ ਵਿੱਚ ਬੰਦੇ ਹਰਿਆਣੇ ਜਾਂਦੇ ਨੇ ਮੰਨ ਲਾ ਲੱਖ ਸਵਾ ਲੱਖ ਦੀ ਮੱਝਾਂ ਬੰਦਾ ਲੈਂਦਾਗਾ ਪਰ ਜਿਹੜੀ ਕੁਆਲਿਟੀ ਆ ਬਾਈ ਕੁਆਲਿਟੀ ਦਾ ਕੋਈ ਮੁੱਲ ਨਹੀਂ मुर्गी मारती फिर आंडे आंडे का खान का हक बनता है ਤੇ ਇਹਦਾ ਰੇਟ ਕਿੰਨੇ ਦੀ ਦੇ ਦਾਂਗੇ ਆਪਾਂ ਬਾਈ ਇਹ ਕੱਟੀ ਆਪਾਂ ਦੇਵਾਂਗੇ 1,35,000 1,35,000 ਦੇ ਕਰਦੇ ਮੁੱਲ ਜਿਵੇਂ ਕਰਨਾ ਚਾਹੀਏ 1,65,000 ਕਰਾ ਲਓ ਛੋਟ ਛੱਪਾ ਹੋ ਜਾਊਗਾ ਮਾਨਤਾਨ ਹੋ ਜਾਊਗਾ ਮਾਨਤਾਨ ਹੋ ਜਾਊਗਾ ਕੋਈ ਗੱਲ ਨਹੀਂ ਆ ਜਾ ਹੁਣ ਦੂਜੇ ਨੰਬਰ ਤੇ ਦਿਖਾਉਣ ਲੱਗਾ ਇਹਨੂੰ ਟੌਪ ਦਾ ਨਗੀਨੀ ਕਹਿ ਲਓ ਜੇ ਕੁਝ ਕਹਿ ਲਓ ਨਾ ਤਾਂ ਇਹਦੇ ਰਾਣ ਦਾ ਰੰਗ ਵੀ ਬਣਨਾ ਔਖਾ ਤੇ ਇਹਨੂੰ ਵੀ ਤੋੜ ਦੇ ਬਾਈ ਗੱਗੀ ਬੁੱਕਰਾ ਕੱਢ ਦਿਆ ਸੱਜਣਾ 5-7 ਦੇਣਾ ਤੇ ਉਹ ਕੁਆਲਿਟੀ ਦੇਖ ਲਓ ਤੁਸੀਂ ਸਿੰਗਾਂ ਤੋਂ ਲੈ ਕੇ ਪੂੰਛ ਤੱਕ ਵਗ ਜਿਓ ਤੁਸੀਂ ਆਪ ਮੰਨੋਗੇ ਵੀ ਚੀਜ਼ ਅਸਲ ਹੈ ਸੱਜਣਾ ਇਹ ਦੇਖਿਆ ਹੁਣ ਤੋਰਾ ਦੇ ਸਰੀਰ ਦੀ ਵੀ ਬਣਤਰ ਦੇਖਿਓ ਲੈ ਮੋੜ ਲਿਆ ਬਾਈ ਮੋੜ ਲਿਆ ਮੋੜ ਲਿਆ ਮੋੜ ਲਿਆ ਲੈ ਆਹਾ ਚੀਜ਼ਾਂ ਵਾਸਤੇ ਜਾਣਿਆ ਜਾਂਦਾ ਓਏ ਪ੍ਰਦੀਪ ਲੋਹੇ ਖੇਡਦਾ ਕਹਿੰਦੇ ਆਹ ਚੀਜ਼ਾਂ ਅਸਲ ਅਹੀਆਂ ਚੀਜ਼ਾਂ ਤੁਸੀਂ ਟਾਵੇਂ ਟਾਵੇਂ ਵਪਾਰੀ ਦੇ ਘਰੇ ਦੇਖਣ ਨੂੰ ਮਿਲਣਗੀਆਂ ਜੇ ਕਿਤੇ ਘੁੰਮੋਗੇ ਨਾ 100 ਕਿਲੋਮੀਟਰ 'ਚ ਤੁਸੀਂ ਐਂ ਦੇਖ ਲਓ ਵੀ ਕਿੰਨੇ ਵਪਾਰੀ ਆਏ ਜਿਹੜੇ ਕਿਉਂਕਿ ਹਰੇਕ ਪਿੰਡ 'ਚ 5-7 ਵਪਾਰੀ ਤਾਂ ਦੇਖੋ ਹੁੰਦੀ ਨੇ 100 ਕਿਲੋਮੀਟਰ ਦੇ ਗੇੜ 'ਚ ਲਾ ਲਓ ਤਾਂ ਜਾ ਕੇ ਇੱਕ ਅੱਧੇ ਘਰੇ ਦੇ ਇਹੋ ਜਿਹਾ ਨਗੀਨਾ ਤੁਹਾਨੂੰ ਮਿਲੂਗਾ ਇਹ ਪ੍ਰਦੀਪ ਕਿੰਨਾ ਕੁ ਰਕਾ ਇਹਨੇ ਭਲੂਣ ਨੇ ਦਿੱਤਾ ਕਿਵੇਂ ਕਾਰਡ ਬਾਈ ਐਵੇਂ ਦੇਖਣ ਨੂੰ ਕਹਦੇ ਆਪਾਂ ਵੀ ਇਹਨੇ 20 ਕਿਲੋ ਦਿੱਤਾ ਦਾ ਕੋਈ ਫਾਇਦਾ ਨਹੀਂ ਇਹਨਾਂ 15 ਤੋਂ 16 ਕਿਲੋ ਪਹਿਲਾਂ ਦੰਦਾਂ ਜੋ ਕਿਵੇਂ ਆ ਬਾਈ ਛਿੱਕੀ ਆ ਦੰਦਾਂ ਜੋ ਛਿੱਕੀ ਦੁੱਧ ਦੇ ਦੋ 17-18 ਹੈ ਆ ਦੁੱਧ ਬਾਈ ਵੱਡੀ ਗੱਲ ਦਾ ਸੇਵਾ ਦੀ ਹੁਣ ਜਾ ਕੇ ਯਾਰ ਪਾਉਣਾ ਨਹੀਂ ਫਿਰ ਦੇਣਾ ਵੀ ਕਿੱਥੋਂ ਬਾਈ ਅੱਛਾ ਵਧੀਆ ਹੂੰ ਆਪਣੇ ਕੋਲੇ ਮੰਨ ਲਵੀ
ਦੀਵਾਲੀ ਵੇਲੇ ਨੂੰ ਜੇ ਮੈਂ ਕਹਿੰਦਾ ਰੈਡੀ ਹੋ ਜੀ ਦੁੱਧ ਤੇ ਵਿੱਚ ਮਨ ਕੇ ਤਿਆਰ ਕਰਨੀ ਹੈ ਬੱਟੀ ਅੱਛਾ ਵੀ ਅੰਬਰਸਰ ਜਾਣਾ ਹੈ ਮੱਥਾ ਟੇਕ ਕੇ ਆਉਣਾ ਹੈ ਅੰਬਰਸਰ ਵਾਲੀ ਮੰਡੀ ਵਾਸਤੇ ਵੀ ਗੱਡੀ ਦਾ ਚੌਲਾ ਪੂਰਾ ਕਰਦੀ ਹੈ ਇਹਦਾ ਲਵਾ ਦੇ ਹੋਰ ਬਹੁਤ ਚੌਲੇ ਨੇ ਬਾਈ ਨਾ ਤੰਬੂ ਇਹ ਲਾਉਣ ਦਾ ਸ਼ਕੀਨ ਹੈ ਕਈ ਸਾਲਾਂ ਦੀ ਉਹ ਚਾਹੇ ਤੇ ਇਹ ਕਿੰਨੇ ਪੈਸੇ ਲਵਾਂਗੇ ਬਾਈ ਅੱਜ ਕੱਟੀ ਦੇਵਾਂਗੇ ਆਪਾਂ 2 ਲੱਖ ਰੁਪਏ ਅੱਜ ਦੋ ਤੇਰੇ ਕਹਿਣਗੇ ਵੀ ਹਾਂ ਵੀ ਪਤਾ ਨਹੀਂ ਹੈ ਨਾ ਵੀ ਮੁੱਲ ਐ ਕਰਤਾ ਬਾਈ ਕੋਲੋਂ ਆ ਕੇ ਦਰਸ਼ਨ ਪਾ ਕੇ ਜਾਵੇ ਫੇਰ ਪਤਾ ਨਹੀਂ ਨੇੜੇ ਗੁਰੇ ਦੇਖੀ ਸਿੰਘਾਂ ਤੋਂ ਲਾ ਲਿਆ ਕੈਮਰਾ ਦੇ ਕੇ ਰੰਗ ਦਿਖਾ ਦਿਓ ਇਹ ਜੀ ਚੀਜ਼ ਦਾ ਵੀ ਰੰਗ ਵੀ ਮੈਨੇ ਰਖਾਉਂਦਾ ਕੱਲਾ ਬੰਦਿਆਂ 'ਚ ਨਹੀਂ ਰੰਗ ਦੇਖੋ ਆਹ ਚੀਜ਼ਾਂ ਝੋਟੀਆਂ 'ਚ ਵੀ ਰੰਗ ਪੂਰਾ ਫਰਕ ਪਾਉਂਦਾ ਚੀਜ਼ਾਂ 'ਚ ਕਹਿ ਦਿੰਦਾ ਬਈ ਅਗਲਾ ਯਾਰ ਆ ਜਾ ਇਹਦਾ ਛੋਟ ਛੱਪਾ ਹੋ ਜੂਗਾ ਜੇ ਕੱਪਣਾ ਹੈ ਨਾ ਛੋਟ ਛੱਪਾ ਹੋ ਜੂਗਾ ਰੇਟ ਅਲੱਗ ਚੀਜ਼ ਹੁੰਦੀ ਹੈ ਲਾ ਲਿਓ ਫੋਨ ਕੋਈ ਸ਼ਕੀਨ ਜਿਹਾ ਬੰਦਾ ਲਾ ਜਾ ਤੀਜੇ ਨੰਬਰ 'ਤੇ ਆ ਜਾ ਹੁਣ ਚੀਜ਼ ਇਹ ਵੀ ਹਾਸਲਾ ਲੈ ਇਹਨੂੰ ਵੀ ਦਿਖਾ ਦੇ ਨਾਲੇ ਕੱਦ ਕਾਠ ਦਿਖਾ ਦੇ ਨਾਲੇ ਤੋਰ ਕੇ ਦਿਖਾ ਦੇ ਬਈ ਇਹਨੂੰ ਲਾਸਟ ਤੱਕ ਇਹੀ ਹਾਲ ਹੀ ਲਾ ਤੁਸੀਂ ਲਾਸਟ ਤੱਕ ਬਣੇ ਰਹੋ ਚੀਜ਼ਾਂ ਅਸਲੀ ਮਿਲਣਗੀਆਂ ਸਾਨੂੰ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਖਰੀਦਣ ਵਾਲੇ ਬੰਦੇ ਦਾ ਅਲੱਗ ਨੇ ਕਿਉਂ ਸਾਰੇ ਖਰੀਦਦਾਰ ਨਹੀਂ ਹੁੰਦੇ ਦੇਖਿਆ ਜ਼ਰੂਰ ਕਰੋ ਬੋਲ ਲਿਆ ਪਤਾ ਕੀ ਗੱਲ ਹੈ ਸੱਜਣਾ ਦੇਖੋ ਵੀਡੀਓ ਦੇ ਜ਼ਰੀਏ ਤੁਸੀਂ ਇਹ ਜਿਹੜੇ ਜਾਨਵਰ ਦੇਖ ਰਹੇ ਹੋ ਤੁਸੀਂ ਆਪ ਦੇਖ ਲਓ ਦੇਖੋ ਮੇਰੇ ਮੋਢੇ ਨਾਲ ਟੱਪਦੀ ਹੈ ਝੋਟੀ ਜੇ ਕਿਸੇ ਆਪਾਂ ਮੇਲੇ 'ਚ ਦੇਖੋ ਖਰਚਾ ਕਰਕੇ ਜਾਂਦੇ ਹਾਂ ਫਿਰ ਉਹਦੇ ਭੀੜ ਭੜੱਕਾ ਫਿਰਦੇ ਹਾਂ ਤੁਹਾਨੂੰ ਇਹੋ ਜਿਹੇ ਜਾਨਵਰ ਤੁਹਾਨੂੰ ਵੀਡੀਓ ਦੇ ਜ਼ਰੀਏ ਦਿਖਾ ਰਹੇ ਹਾਂ ਤੁਸੀਂ ਬਸ ਲਾਸਟ ਤੱਕ ਬਣੇ ਰਹੋ ਤੁਸੀਂ ਆਪ ਦੇਖੋਗੇ ਵੀ ਚੀਜ਼ਾਂ ਮੇਲੂ ਜੇ ਮੇਲਾ ਜੇ ਤੂੰ ਝੋਟੀਆਂ ਨੇ ਇਹ ਅਸਲ ਆ ਬਈ ਅਸਲ ਆ ਜਿਹਨੂੰ ਕਹਿੰਦੇ ਹੁੰਦੇ ਨਾ ਦੁੱਧ ਚੱਲ ਸੇਵਾ ਦਾ ਜਾਤ ਨੇ ਵੀ ਦੇਣਾ ਦੁੱਧ ਬਾਕੀ ਦੁੱਧ ਮੇਨ ਸੇਵਾ ਦਾ ਹੁੰਦਾ ਤੁਸੀਂ ਕੁਆਲਿਟੀ ਦੇਖ ਲਓ ਵੀ ਕੁਆਲਿਟੀ ਅਸਲ ਹੈਗੀ ਹੈ ਇਹ ਪ੍ਰਦੀਪ ਕਿੰਨੇ ਦੀ ਬਈ ਮੁੱਲ ਬਈ ਐਪੀ ਦਾ ਕਰਾ ਲਾ ਜਿੰਨਾ ਮਰਜ਼ੀ ਇਹ ਕੱਟੀ ਦੇਵਾਂਗੇ ਆਪਾਂ ਹਾਂ ਨਾ 180 ਹੁਣ ਦੁੱਧ ਕਿੰਨਾ ਰੇਟ ਦਾ ਕਦੋਂ ਹੁਣ ਬਈ ਆਪਾਂ ਜਿਵੇਂ ਪਹਿਲਾਂ ਇੱਕ ਕੱਟੀ ਵੇਚੀ ਆ ਪਹਿਲਾਂ ਨਾ ਅੱਛਾ ਉਹ ਬਾਈ ਕਹਿੰਦਾ ਕਿੰਨਾ ਕੁ ਬੋਲਾ ਮੈਂ ਵੀ 10 ਕਿਲੋ ਆ ਉਹ 2 ਟਾਈਮ ਚੋਣਾ ਹੁਣ 14 ਕੱਟ ਤੋਂ ਬਾਗਲ 'ਚ ਖੜੀ ਆ ਅੱਛਾ ਹਾਂ ਹੁਣ 14 ਦੇ ਰੇਡੀ ਆ ਇਹ ਦੇ ਥੱਲੇ ਹੁਣ ਜਮਾ ਮੰਨ ਕੇ ਆਪਾਂ ਕਹਿ ਦਈਏ ਚਾਹੇ 12 13 ਹਨਾ ਸਭ ਤੋਂ ਅੱਗੇ ਜਾਨਵਰ ਉਹ ਕਰਦੇ 13 14 ਹੈਗੇ ਇਹ ਥੱਲੇ ਹਾਂ ਬਾਕੀ 15 ਹੀ ਹੋ ਬਈ ਇਹ ਕਿੰਨਾ ਦੇ ਦੂਗੀ ਇਹ ਬਈ 20 ਤੋਂ ਪਾਰ ਦੇ ਦੂਗੀ ਦੂਜਾ ਅੱਛਾ ਇਹਦਾ ਓਟ ਲੈ ਮਾਰ ਹਨਾ ਹਾਂ ਬਈ ਇਹ ਤੇ ਮਨ ਜਾਚਦਾ ਕਹਿੰਦਾ 20 ਤੋਂ ਪਾਰ ਦੇ ਦੂਗੀ ਬਾਕੀ ਕੁਆਲਿਟੀ ਦੇਖ ਲਓ ਨੇ ਬਈ ਦੇਖ ਲਾ ਹੂੰ ਨਾ ਕੱਦ ਕਾਟ ਦੀ ਵੀ ਆਸ ਲੈ ਸੱਜਣੋ ਤੁਹਾਨੂੰ ਕੱਦ ਖਾਵਾ ਥਾਣ ਥੁਣ ਬਾਕੀ ਚਬਾਈ ਚਬੂਈ ਤਾਂ ਓਕੇ ਹੈਗੀ ਦੇਖੋ ਲੇਬ ਅੱਗੇ ਥਾਂ ਮੂੜਲੇ ਥਾਂ ਤੋਂ ਅੱਗੇ ਦੇਖ ਲੈ ਕਿੰਨਾ ਫੁੱਟ ਅੱਗੇ ਪਿਆ ਤੇ ਸਿੰਘ ਮੂਹੀ ਤਾਂ ਅਸਲ ਹੈਗੀ ਹੈ ਲੈ ਹੁਣ ਦੇਖੇ ਚੌਥੇ ਨੰਬਰ ਤੇ ਦਿਖਾਉਣ ਲੱਗਿਆ ਸਾਨੂੰ ਜਾਨਵਰ ਇਹ ਵੀ ਮੇਰਾ ਮੋਢਾ ਟੱਪਦਾ ਲੈ ਇਹਨੂੰ ਸਾਰੇ ਤਰ੍ਹਾਂ ਦੇ ਬਾਈ ਜਾਨਵਰ ਬਾਈ ਕਹਿੰਦੇ ਵੀ ਕੋਈ ਕਹਿੰਦਾ ਮੈਂ ਟੌਪ ਟੌਪ ਦੇ ਲੈਣੀਆਂ ਸਾਰੇ ਤਰ੍ਹਾਂ ਦੀ ਹੈ ਜਾਨਵਰ ਆਪਣੇ ਹੂੰ ਬਸ ਤੁਸੀਂ ਐਂ ਭੁਲੇਖਾ ਪਊਗਾ ਤੁਹਾਨੂੰ ਵੀ ਆਪਾਂ PDF ਮੇਲਾ ਦੇਖਦੇ ਫਿਰਦੇ ਆ ਤੁਸੀਂ ਬਸ ਲਾਸਟ ਤੱਕ ਬਣੇ ਰਹੋ ਜਾਨਵਰ ਅਸਲ ਤੋਂ ਅਸਲੀ ਨੇ ਸਿੰਘੇ ਦਾ ਜ਼ਰੂਰ ਟੋਪੀ ਉਤਰ ਗਈ ਹੈ ਨਾ ਹਾਂ ਲਈ ਆ ਪਈ ਆ ਟੋਪੀ ਦੀ ਅੱਛਾ ਮੋੜ ਲਿਆ ਬਾਈ ਇੱਕ ਪਤਾ ਕੀ ਹੈ ਸੱਜਣਾ ਕੱਲੀ ਟੋਪੀ ਟੋਪੀ ਜ਼ਰੂਰ ਕਹਿ ਲਓ ਉਹ ਵੀ ਟੋਪੀ ਵੀ ਪਈ ਹੈ ਉਹ ਚੀਜ਼ ਤੁਸੀਂ ਆ ਕੇ ਹੱਥ ਲਾ ਸਕਦੇ ਵੀ ਇਹਦੇ ਯਾਰ ਟੋਪੀ ਨਹੀਂ ਹੈਗੀ ਕਿਉਂਕਿ ਬਾਈ ਕੋਈ ਹੱਥ ਤਰਾਈ ਹੋਰ ਚੀਜ਼ ਤੇ ਨਹੀਂ ਹੱਥ ਤਰਾਉਂਦੀ ਇਹ ਕਿਸੇ ਪਾਸੇ ਦੇਖੋ ਥਣ ਦੇਖ ਲਓ ਲੇਵਾ ਦੇਖ ਲਓ ਤੇ ਪਿੱਠ ਪੁੜੇ ਦੀ ਤਾਂ ਕਮਾਲ ਦੀ ਹੈਗੀ ਹੈਗੀ ਆ ਕੱਦ ਕਾਠ ਪੱਖੋਂ ਹੀ ਬਹੁਤ ਜ਼ਿਆਦਾ ਖੁੱਲੀ ਆ ਤੇ ਇਹ ਪ੍ਰਦੀਪ ਕਿੰਨਾ ਦੁੱਧ ਪਾ ਦੂ ਕਿੰਨੇ ਦੇ ਦਾਂਗੇ ਦੁੱਧ ਬਈ ਕੱਟੀ ਦੂ ਇਹ 17-18 ਕਿਲੋ ਦੁੱਧ ਪੂਗਾ 17-18 ਕਿਲੋ ਕਿੰਨੇ ਪੈਸੇ ਲਵਾਂਗੇ ਇਹ ਬਈ ਦੇ ਦਾਂਗੇ 75 ਦੀ ਹਾਂ ਨਾ ਦੇਣ ਲੈਣ ਮੁੱਲ ਨਹੀਂ ਕਰਦੇ ਹੈਗੇ ਮੁੱਲ ਤਾਂ ਬਈ ਪਤਾ ਕੀ ਆ ਪੰਜ ਆਪਣੇ ਕੋਲੇ ਹੈਗੇ ਨੇ 5 ਕੁ ਜਾਨਵਰ ਜਿਹੜੇ ਪੂਰੇ ਵੀ ਪੂਰੇ ਜਿਹੜੇ ਨੇ ਵਿੱਚ ਕਹਿੰਦੇ ਨੇ ਮੁੱਲ ਲਾਉਣ ਵਾਲੇ ਅੱਛਾ ਬਾਕੀ ਲੱਖ ਦੇ ਬਾਹਰ ਵਾਲੇ ਵੀ ਹੈਗੇ ਆ ਨੇੜੇ ਵਾਲੇ ਲੱਖ ਦੇ ਨੇੜੇ ਵਾਲੇ ਵੀ ਹੈਗੇ ਨੇ ਕਿਤੇ ਬਣੇ ਰਹੋ ਵੀ ਅਗਲਾ ਕਹਿੰਦਾ ਇੱਥੇ ਇਹਦਾ 2 ਮਹੀਨਿਆਂ ਜਿੰਨਾ ਮੁੱਲ ਕਰੀ ਜਾਂਦਾ ਅੱਗੇ ਅੱਗੇ ਨਾਰਮਲ ਰੇਟ ਵੀ ਆਉਣਗੇ ਲੈ ਕੇ ਆ ਜਾ ਅੱਗੇ ਵੀ ਦਿਖਾ ਦੇ ਇਹ ਗੱਬਣ ਹੈ ਬਾਈ ਹੈ ਨਾ ਸੂਈ ਆ ਬੋਲੇ ਚੋਂ ਫੱਲੀ ਹਾਂ ਭਲਾਈਆਂ ਕਰਕੇ ਨੇ ਨਾ ਬੋਲੇ ਚੋਂ ਫੱਲੀ ਲੈ ਇਹਨੂੰ ਵੀ ਤੋਰ ਤੋਰ ਬੱਤ ਇਹ ਦੂਜਾ ਸੁਲਾ ਦੂਜਾ ਬਈ ਬੱਚਾ ਲਾਉਣਾ ਬੱਚਾ ਲਾ ਦਨੇ ਦੂਜਾ ਨੇ ਇਹ ਵੀ ਦੇਖੀ ਪੈਪੂ ਪੇ ਇਧਰ ਦਿਖਾ ਦੇ ਨੇ ਕਿ ਆਹ ਚੀਜ਼ ਦੇਖ ਕੇ ਰਾਜੀ ਨੇ ਆਪਣੇ ਦਰਸ਼ਕ ਕਹਿੰਦੇ ਲੇਵੇ ਤੇ ਪੈਪਾਂ ਦੀ ਝੱਟੀ ਲੈ ਕੇ ਜਾਦੇ ਫਿੱਟ ਨੇ ਲੈ ਤੋਰ ਦੇ ਬਈ ਇਹਨੂੰ ਭਲਾਈਆਂ ਚ ਹਨ ਬਾਦੀ ਜੀ ਜ਼ਰੂਰ ਆ ਪਿੱਠ ਪੁੜੇ ਦੀ ਇਹ ਵੀ ਸ਼ਾਨਦਾਰ ਹੈ ਲੈ ਮੋੜ ਦੇ ਬਈ ਮੋੜ ਦੇ
खरीदारी लग जी या देखना लग जी या देखने वाले ही गल है, क्योंकि अंदर शौक भी पैदा होंगे जी आप चंगी चीजा देखते हैं। तो पिठ पुड़ा तुम आप देख लो, ये भी देखो कि मांग लो सान जिनी चौड़ी पी आ ਰੇਟ ਦੇਖ रात सुई है हौली तोरदी बई जात भी दुद्ध आई है प्रदीप है ना बई हौली तोरी भला भलाई आई बई मोड़ लिया बई मोड़ लिया जड़ा जुड़ा चंगिया ने थन थनाट जेड़ी चीज मेन होंगी दुध नु ये कि देवे एक लख पैंती हजार सारिया दूजिया आ गई तोड़ता थोड़ी थोड़ी तो तोड़ आ गए दो दंद कटी है देखो सारे जो टॉप का नगीना जमे सारे जो जी आप मन न चंगी लगी आ चीज चंगी लगी सारिया चो मोड़ लिया भाई मोड़ लिया फोन ला लो वीडियो देख ली आ झोटी की पहले नंबर से कट्टी पहले फोन से बिकन वाली आ सिंह तो भी दिखा दी कोई देखी रीजनल सिंह है कोई शाइनी नहीं लगी हुई इन बाकी मेन गल दो दंद है तो पिछे भी बच्चा भी कट्टी आ तो देखिए अगे तो भी दिखा दी जी थाना का गैप देख ल अगे जो खा पी के हजे कल सुई है खा पी के कट्टी ने किन्ना निखरना क्योंकि भलूण डंगर अक्सर 15 दिन तैयारी फड़दा है नहीं पता की तो की कर दे जिदे सूंदा ते उदो 20 दिन बाद पशु बहुत फर्क पाने भलूण पिठ पुड़े ही है ही लाजवाब है किन्ने पैसे लमे पंताली लवाने मुल जिन्ना मर्जी अच्छा साढ़े फिट है कोई गल नहीं यार मेरा हम तेन कहता मान ताने जो करावा जरूर आई सूआ दूजा सूआ बी बोले चो खाली ताजी सूई कल दी ਇਹ ਦੇ ਦਾਂਗੇ ਆਪਾਂ ਹਾਂ ਨਾ ਇੱਕ 15 ਦੀ ਝੋਟੀ ਦੇ ਦਾਂਗੇ ਪਰ ਕੋਈ ਤੋੜ ਨਹੀਂ ਹੈਗਾ ਝੋਟੀ ਹੈ 1.5 ਲੱਖ ਰੁਪਏ ਦੀ ਖੁੱਲੀ ਅੱਛਾ ਹਾਂ ਦੱਸਦੀ ਵੀ ਆਪਣੇ ਸਾਹਮਣੇ ਆ ਠੀਕ ਆ ਤਾਂ ਇਹ ਆਪਾਂ ਜਾਇਜ਼ ਨਫਾ ਲੈਣਾ ਹੈਗਾ ਕਹਿੰਦਾ ਨਫੇ ਸਾਹਿਬ ਨੂੰ ਦੇ ਦੇ ਠੀਕ ਆ ਠੀਕ ਆ ਜਾਇਜ਼ ਨਫੇ ਦੇ ਕੰਮ ਕਰਨਾ ਕੋਈ ਗੱਲ ਨਹੀਂ ਹੋ ਜੂਗਾ ਲੈ ਆ ਜਾਓ ਅੱਗੇ ਆ ਜਾਓ ਹੁਣ ਇਹਦਾ ਪੁੱਛਦਾ ਕੀ ਰੇਟ ਨੂੰ ਤਾਂ ਲੇਵੇ ਦੀ ਚੜਾਈ ਬਹੁਤ ਹੈ ਮੈਂ ਝੋਟੀ ਦੇ ਦੀ ਇਹ ਨਹੀਂ ਤੋਰ ਬਈ ਦਰਮਿਆਨੇ ਕੱਦ ਚ ਫੁੱਲ ਵੱਡੇ ਚੌੜੇ ਜਿਵੇਂ ਆਪਾਂ ਕਹਿੰਦੇ ਨਾ ਚੌੜੇ ਹਵਾਨੇ ਦੀ ਮੋੜ
ਬਾਲੇ ਵੱਡੇ ਕੱਦ ਕਾਠ ਦੀ ਹੈ ਉਹ ਚੀਜ਼ ਤਾਂ ਨੀ ਕੱਦ ਕਾਠ ਮੈਂ ਇਹਨੇ ਨੀ ਰੱਖਦਾ ਪਹਿਲਾਂ ਵੀ ਕਿਹਾ ਪਰ ਜਿਹੜੇ ਹਵਾਨਾ ਲੱਗਿਆ ਹੋਇਆ ਨਾ ਉਹ ਦੁੱਧਾਲਾ ਦੇਖੇ ਹਲੇ ਪੁੜਾ ਵੀ ਨੀ ਚੱਕਿਆ ਬਕਾਇਦਾ ਇਹਨੇ ਗਾੜੀ ਪਿਛਾੜੀ ਦਿਖਾ ਦੇ ਗੱਡੀ ਕਰਕੇ ਅੱਗੇ ਤੋਂ ਦਿਖਾ ਦੇ ਗੁਰੀ ਮਾੜਿਆ ਥਾਣ ਥਨੌਟ ਦੇਖ ਲੈ ਚਵਾਈ ਇਹਦੀ ਐਨ ਹੋਊਗੀ ਪੂਰੀ ਬਈ ਚੌਦਾਂ ਕਿਲੋ ਤਿਆਰ ਵਾਲੀ ਹੈ ਵਿੱਚ ਸੱਜਣ ਕਹਿੰਦੇ ਹੁੰਦੇ ਨੇ ਦੁੱਧ ਤਿਆਰ ਵਾਲੀ ਜਮਾ ਜਾਇਜ਼ ਦੇਣ ਲੈਣ ਬਈ ਇੱਕ ਦਸ ਦੀ ਦੇ ਅੱਛਾ ਇਹ ਜੋੜਾ ਜੋੜਾ ਜੇ ਕੋਈ ਇਕੱਠਾ ਲੈਂਦਾ ਹੋਇਆ ਕਰਦਾ ਹੈ ਬਈ ਕੋਈ ਗੱਲ ਨਹੀਂ ਪਰ ਇਹ ਗੱਲ ਬਈ ਚੋਕ ਕੇ ਤਸੱਲੀ ਕਰ ਲੈ ਜਮਾ ਇਹ ਗੱਲ ਬਾਈ ਕਹਿੰਦੇ ਨੇ ਅਗਲਾ ਕਹਿੰਦਾ ਵੀਡੀਓ ਦੇ ਉੱਪਰ ਇਹਨਾਂ ਬਈ ਸਕੋਲ ਨਾ ਨਾ ਇਹ ਗੱਲ ਸੱਜਣਾ ਤੁਹਾਨੂੰ ਮੈਂ ਫੇਰ ਕਹਿਣਾ ਹੁੰਦਾ ਵੀ ਆਪਦੀ ਤਸੱਲੀ ਦੋ ਡੰਗ ਕਰ ਲਿਆ ਕਰੋ ਜੋ ਤੁਸੀਂ ਇੰਨੇ ਪੈਸੇ ਦੇ ਸਕਦੇ ਹੋ ਤਸੱਲੀ ਵੀ ਜ਼ਰੂਰੀ ਆ ਤਸੱਲੀ ਵੀ ਕਰ ਲਿਆ ਕਰੋ ਇਹ ਬਈ ਇਹ ਗੱਬਣ ਹੈ ਲੈਵੇ ਦੀ ਛੇ ਬੇਬੀ ਚੰਗੀ ਆ ਗੱਬਣ ਵੀਡੀਓ ਚ ਹੈ ਮੇਲਾ ਬਸ ਸੂਪ ਹੋ ਅਗਲੇ ਦਿਨ ਹੈ ਨਾ ਅੱਜ ਸੂਪ ਹੋ ਗਈ ਇਹ ਵੀਡੀਓ 'ਚ ਜ਼ਰੂਰ ਗੱਬਣ ਹੈ ਉਹ ਤੁਹਾਨੂੰ ਫੋਨ ਤੇ ਦੱਸ ਦਾਂਗੇ ਵੀ ਕੱਟਾ ਦਿੱਤਾ ਕਿ ਕੱਟੀ ਦਿੱਤੀ ਆ ਫੜ ਲਿਆ ਬਈ ਅੱਜ ਦੇ ਦਾਂਗੇ ਤੀਹ ਦੀ ਹਾਂ ਨਾ ਪਰ ਇੱਕ ਗੱਲ ਆ ਬਾਈ ਏਦਾਂ ਦੀ ਕੋਈ ਦੇਊਗਾ ਨੀ ਜਿੱਥੇ ਮਰਜ਼ੀ ਵਾਲੇ ਦੱਸਦੇ ਬਾਈਆਂ ਨੂੰ ਸਾਰੇ ਅੱਛਾ ਚਾਰੇ ਮਹੀਆਂ ਲੈਣ ਤੇ ਖੜੀਆਂ ਨੇ ਜਿਹੜੀਆਂ ਏਦਾਂ ਦਾ ਕਿਤੇ ਪਾਣੀ ਬੱਚਾ ਦੇ ਦੂਗੀ ਇਹ ਅੱਜ ਕਿਉਂਕਿ ਇਹਨੇ ਤਿਆਰੀ ਚ ਹੈ ਤੇ ਅੱਜ ਸ਼ਾਮ ਤੱਕ ਇਹਨੇ ਸੂਪ ਪੈਣਾ ਤੇ ਰੇਟ ਤੁਸੀਂ ਫੋਨ ਤੇ ਕਰ ਦਿਓ ਹੋਰ ਇਧਰਲੇ ਪਾਸੇ ਵੀ ਹੈ ਨਾ ਇੱਕ ਆ ਜਾ ਇੱਕ ਦੋ ਇੱਧਰ ਸੂਈ ਲੈ ਇੱਕ ਝੋਟੀ ਸੱਜਣਾ ਹੁਣੀ ਸੂਈ ਆ ਜੇ ਡੇਗੀ ਨਹੀਂ ਹੈਗੀ ਤੋੜ ਲੈ ਵਾ ਮੋੜ ਦੇ ਤੰਗ ਨਾ ਕਰ ਵਾਲੀ ਇਹਦੇ ਪ੍ਰਦੀਪ ਕਿੰਨੇ ਪੈਸੇ ਬਈ ਇਹ ਬਈ 35 ਦੇ ਦਾਂ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਇਹਨੇ 15 ਕਿਲੋ ਦਿੱਤਾ ਪਹਿਲਾਂ ਨੇ ਬਈ ਹੁਣੇ ਸੂਕੀ ਹਟੀ ਹੈ ਤਾਂ ਅੱਛਾ ਸੂਕੀ ਹਟੀ ਆ ਤੇ ਜੇਰ ਹਲੇ ਡੇਗੀ ਨਹੀਂ ਆਈ ਹਲੇ ਹੁਣੇ ਸੂਈ ਹੋਣਾ ਨਾ ਬਾਈ ਜੇਰ ਤਾਂ ਆਈ ਸਮਝ ਲਾ ਬਸ ਅਸੀਂ ਤਾਂ ਕਹਿੰਦਾ ਇੱਕ ਆ 2-3 ਘੰਟੇ ਲੱਗਦੇ ਨੇ ਥਾਣ ਅੱਗੇ ਪਿੱਛੇ ਤੋਂ ਦਿਖਾ ਦੇ ਰੇਟ ਦੇ ਹੋ ਜਾਣਗੇ ਕੋਈ ਚੱਕਰ ਨਹੀਂ ਤੇ ਆ ਜਾ ਕਿਸਾਨ ਦਿਖਾਉਂਦੇ ਹੁਣ ਪ੍ਰੋਪਰ ਆਪਾਂ ਉਹੀ ਗੱਲ ਹੈ ਸਾਰੀ ਡਾਇਰੀ ਬਣਾ ਕੇ ਦੇਵਾਂਗੇ ਅਗਲੇ ਨੂੰ ਲੈ ਕੱਠੇ ਹੀ ਕਹਿ ਲੈ ਦਿੰਦਾ ਜੇ ਕਿਵੇਂ ਇਹ ਖੀਰਾ ਬਾਈ ਲੈ ਖੀਰਾ ਕਿੰਨੀ ਉਮਰ ਬਣਦੀ ਹੈ ਦੇਖੀ ਇਹ ਬਾਈ ਮੰਨ ਕੇ ਹੈਗਾ ਗਾ ਇਹ 1.5 ਸਾਲ ਦੀ ਅੱਛਾ ਹਾਂ ਕ੍ਰੋਸਿੰਗ ਕਰਾ ਕੇ ਛੱਡ ਕੇ ਦੇਖ ਲਿਆ ਅੱਛਾ ਰਿਜ਼ਲਟ ਇੱਕ ਨੰਬਰ ਆ ਸਾਰਾ ਰਿਕਾਰਡ ਇਹਦੀ ਮਾਂ ਦਾ ਆਪਣੇ ਕੋਲ ਠੀਕ ਹੈ ਇਹ ਆਪ ਕਿਹੜੇ ਸੀਮਨ ਦਾ ਹੈ 1.5 ਸਾਲ ਦਾ ਹੈ ਹਾਂ 1.5 ਸਾਲ ਦਾ ਕਿੱਟਾ ਕਿੰਨੇ ਪੈਸੇ ਦਾ ਕਿਹਾ ਲੱਖ ਦਾ ਦਿੱਤਾ ਨਹੀਂ ਲੱਖ ਦਾ ਜ਼ਿਆਦੇ ਆ ਬਾਬਾ ਜ਼ਿਆਦੇ ਨਹੀਂ ਚੀਜ਼ ਕਿ ਨਹੀਂ ਦੇਖ ਯਾਰ ਪੈਸੇ ਦਾ ਦੇਖ ਲਈ ਪੈਸੇ ਨਾਲ ਅਗਲਾ ਫਿਰ ਉਹੀ ਹਿਸਾਬ ਨਾਲ ਦੱਸ ਕੋਈ ਅਗਲਾ ਪਾਲੂਗਾ ਵੀ ਤਾਂ ਫਿਰ ਦੱਸੇ ਯਾਰ 1.5 ਸਾਲ ਦਾ ਕਿੱਟਾ ਲੱਖ ਰੁਪਇਆ ਮਨ ਲੱਗਦੀ ਗੱਲ ਕਰ ਹੀਰ ਹੈਗਾ ਕਿਹੜਾ ਕਹਿ ਦੂਗਾ ਕਿਸੇ ਦੇ ਪੈਦਾ ਵੀ ਨਹੀਂ ਹੁੰਦਾ ਇਹ ਜਾ ਉਹ ਤਾਂ ਠੀਕ ਆ ਪੈਸੇ ਵੀ ਬਹੁਤ ਨੇ ਪੈਸੇ ਵੀ 15 ਲੀਟਰ ਵਾਲੀ ਝੋਟੀ ਦੇ ਨੇ ਅਗਲਾ ਪੈਦਾ ਕਰਕੇ ਦਿਖਾਵੇ ਆਪਣੇ ਘਰੇ ਹਾਂ ਇੰਨਾ ਅਗਲਾ ਖਾ ਵੀ ਜਾਂਦਾ ਹੈ ਦੇਖ ਇੱਧਰ ਨਿਗਾਹ ਮਾਰ ਲੰਬਾਈ ਦੇ ਬਾਂਹ ਦੇ ਲੈ ਆ ਜਾ ਲੈ ਕੱਟੀ ਰਹਿ ਗਈ ਇੱਕ ਆ ਜਾ ਕੱਟੀ ਵੀ ਦਿਖਾ ਦੇ ਚਲ 2 ਮਹੀਨੇ ਨੂੰ ਟੀਕਾ ਲਵਾ ਲੂਗੀ ਇਹ ਤੇ ਕਿੰਨੀ ਕੁ ਉਮਰ ਹੋਣੀ ਇਹਦੀ ਇਹ ਬਈ ਹੈਗੀ ਆ ਮੰਨ ਕੇ ਵੀ 1.5 ਸਾਲ ਦੇ ਡੇਢ ਦੋ ਸਾਲ ਦੇ ਵਿੱਚ ਦੋ ਸਾਲ ਤੋਂ ਘੱਟ ਘੱਟ ਤੇ ਇਹਦੇ ਕਿੰਨੇ ਪੈਸੇ ਲਵਾਂਗੇ ਆਪਾਂ 35 ਦੀ ਬਈ ਦੇਣ ਲੈਣ 35 ਹਜ਼ਾਰ
छोट छप्पा कर देंगे, छोट छप्पा हो जूगा कट्टी किसी सामने वाले बंदे ने लेनी है चंगी आ, ते बाकी आई हरियाणे च हुई है थन थन दिखा दे। ठीक है सज्जनों, अज दिखाइया ने थोनों अपने प्रदीप के घर बकायदा 15 झोटियां टॉप ला। आ जा आ जा, तू भी आ जा आ जा। आ मुंडे का भी सज्जना चैनल आ, गग्गी बुग्गर के नाम से है ना, गग्गी बुग्गर के नाम से है ये भी। मैं इस तरह उन्होंने दिखाऊंगा आ जा, माड़ा जहा मुंडा सांगदा कोई गल नहीं, खुल जूगा हौली हौली। इन सा आ जा हूं, तो स्मारक आ जा, इन सबसक्राइब कर लियो बई सवेर का कही जाना भी। चल 5-7 हज़ार जरूर बधाए कि मेरी ही वही गल है, कि लांबा दे 5-7 जरूर कर लियो सबसक्राइब। ठीक है जी, अज थानू आप उस विषय से फिर आया, 15 झोटियां दिखाईया ने बकायदा झोटियां चंगिया ने, जिहड़ी किसी सज्जन दे फिट आउंदी आ उह आपदी दो डंग तसली करके, तसली जरूरी है। पैसे तुसी ने लाउणे ने, पैसे लाए हुए फिर बाद ही गल है, बाद च पछतावे का कोई फायदा नहीं हुंदा। हुणे इत्थों तुसी घरों अगले दे तसली करके जिन्ना कु तुहाडा मन उठदा है आपदी तसली जी नाल, आह इन्ना कु दुध दे दू, आह इन्ना कु दुध दे दू, वह तसली नाल आपदी खरीद के लै जाओ। ठीक है जी, अपने चैनल नूं कर लिओ सबसक्राइब ते लाइक शेयर जरूर कर दिओ।